ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਸਾਰਿਆਂ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮਹਿਮਦਪੁਰਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਜਸਕਰਨ ਮੇਰੇ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ 7 ਪਸ਼ੂ ਤੁਹਾਨੂੰ ਦਿਖਾਉਣੇ ਆ, ਅਤੇ 7 ਦੀਆਂ 7 ਹੀ ਤੁਹਾਨੂੰ ਸੂਈਆਂ ਤੁਹਾਨੂੰ ਦਿਖਾਉਣੀਆਂ। ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ, ਉਹਨਾਂ ਨਾਲ ਪੁੱਛਦੇ ਹਾਂ ਸਾਰੀ ਡਿਟੇਲ। ਇੱਕ ਧੰਨਵਾਦ, ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ, ਜਿਹਦੇ ਮਗਰ ਨੀਲੀ ਦੀ ਕੱਟੀ ਬੜੀ ਪਿਆਰੀ ਆ, ਅਜੇ ਤਾਜ਼ੀ ਸੂਈ ਆ ਮੱਝ, ਅਤੇ ਤਾਜ਼ੀ ਕੱਟੀ ਆ ਜਿਹਦੇ ਮਗਰ। ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ, ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਚੜ੍ਹਦੀ ਕਲਾ ਜੀ। ਚਲੋ ਵਧੀਆ, ਚੜ੍ਹਦੀ ਕਲਾ ਚਾਹੀਦੀ ਜੀ। ਅਤੇ ਨਾਮ ਦੱਸ ਦਿਓ ਕਰੀ ਆਪਣਾ। ਨਾਮ ਵੀਰ ਜੀ ਆਪਣਾ ਜਸਕਰਨ ਸਿੰਘ। ਹਾਂਜੀ। ਪਿੰਡ ਮਹਿਮਦਪੁਰਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਵੀ ਬੋਲਦੀ ਹੈ? ਨੰਬਰ 9598600। ਠੀਕ ਹੈ ਜੀ। ਅਤੇ ਅੱਜ ਫਿਰ 4 ਗਾਵਾਂ ਅਤੇ 3 ਮੱਝਾਂ ਨਾਲ। ਹਾਂਜੀ, 3 ਗਾਵਾਂ 3 ਮੱਝਾਂ। ਅਤੇ ਸ਼ੁਰੂਆਤ ਫਿਰ ਨੀਲੀ ਦੀ ਝੋਟੀ ਤੋਂ ਕਰ ਲਈਏ। ਹਾਂਜੀ ਵੀਰ ਜੀ, ਕਾਫੀ ਕਮਾਲ ਦੀ ਝੋਟੀ ਆ ਜਿਹੜੀ, ਹੈ ਨਾ? ਬਿਲਕੁਲ ਤਾਜ਼ਾ ਨਾੜੂ ਜਿਹੜਾ ਨਾਲ ਆ, ਤੇ ਬੜੇ ਕਮਾਲ ਦੀ ਕੱਟੀ ਆ, ਅੱਖਾਂ ਦੋਵੇਂ ਪੂਰੀਆਂ ਬਿੱਲੀਆਂ ਵਾ, ਅਤੇ ਖੜ੍ਹੇ ਕੋਈ ਵੀਰ ਸਾਂਭਣ ਵਾਲਾ, ਕੱਟੀ ਵੀ ਜਿਹੜੀ ਸਾਂਭਣ ਵਾਲੀ, ਕਿਉਂਕਿ ਕੱਟੀ ਦੀ ਹੁਣ ਤੋਂ ਹੀ ਜਿਹੜਾ ਵਾ ਬੋਡੀ ਵੇਟ ਹਾਈਟ ਲੈਂਥ ਚੰਗੀ ਹੈ ਜਿਹੜੀ। ਨੋਰਮਲ ਬੱਚਿਆਂ ਨੂੰ ਇਹਦਾ ਵੇਟ ਵੀ ਜ਼ਿਆਦਾ ਆ, ਅਤੇ ਹਾਈਟ ਲੈਂਥ ਵੀ ਜਿਹੜੀ ਜ਼ਿਆਦਾ ਹੈ, ਚੰਗੇ ਟੀਕੇ ਦੀ ਕੱਟੀ ਆ। ਬਾਕੀ ਖੜ੍ਹੇ ਕੋਈ ਸਾਂਭ ਵਾਲਾ, ਆਹ ਦੇਖ ਸਾਡੇ ਸਾਰੀਆਂ ਨਿਸ਼ਾਨੀਆਂ ਇਹਦੀਆਂ ਪੂਰੀਆਂ ਵਾ ਨੀਲੀ ਦੀਆਂ, ਸੋਹਣੀ ਕੱਟੀ ਆ, ਅਤੇ ਆਪ ਵੀ ਝੋਟੀ ਬੜੀ ਖੂਬਸੂਰਤ ਆ। ਕਿੰਨੇ ਕੁ ਦੁੱਧ ਵਾਲੀ ਜੇ ਵੇਚੀ ਹੈ? ਬਾਕੀ ਇਹ ਵੀ ਚਲੋ ਆਪ ਵੀ ਝੋਟੀ ਜਵਾਨ ਆ, ਤੇ ਮਗਰ ਕੱਟੀ ਵੀ ਪੂਰੀ ਜਵਾਨ ਹੀ ਆਈ ਆ। ਅਜੇ ਤਾਜ਼ੀ ਸੂਈ ਆ, ਕੱਲ ਦੀ ਸੂਈ ਆ। ਥੱਲਿਆਂ ਆਪਾਂ ਦੇਖ ਸਕਦੇ, ਥੱਲਿਆਂ ਵੀ ਚੰਗੀ ਬਣੀ ਆ। ਅਤੇ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਹੈ। ਕਰਦੀਏ ਖਾਲੀ ਨੀ ਮੋੜਨਾ ਕਿਸੇ ਨੂੰ। ਇਹ ਆ ਵੀ ਝੋਟੀ ਵੀ ਸਾਂਭਣ ਵਾਲੀ ਆ, ਤੇ ਮਗਰ ਕੱਟੀ ਵੀ ਸਾਂਭਣ ਵਾਲੀ ਆ।
ਝੋਟੀ ਵੀਰ ਉਹੀ ਕੋਈ ਖੜੇ ਜਿਹਨੇ ਕੱਟੀ ਵੀ ਪਾਲਣੀ ਹੈ, ਕਿਉਂਕਿ ਕੱਟੀ ਮਗਰ ਚੰਗੇ ਟੀਕੇ ਦੀ ਆ ਗਾਂ ਆਪਣੀ ਵੱਡੀ ਝੋਟੀ ਨੂੰ ਵੀ ਜਿਹੜਾ ਕੱਟੂਗੀ ਹੈ ਜਿੱਦਣ ਇਹ ਤਿਆਰ ਹੋਈ। ਹਾਂਜੀ ਵੀਰ ਜੀ, ਮੈਂ ਗੱਬਣ ਝੋਟੀ ਲਈ ਸੀ। ਹਾਂਜੀ ਵਾਲੇ ਕਹਿੰਦੇ ਅਸੀਂ ਟੀਕਾ ਬਹੁਤ ਤਕੜਾ ਲਵਾਇਆ ਵਾ, ਜੇ ਕੱਟੀ ਦਿੱਤੀ ਤਾਂ ਅਸੀਂ ਵੇਚਣੀ ਨਹੀਂ। ਅੱਛਾ, ਉਹਨਾਂ ਦੇ ਘਰ ਸੂ ਪੈਂਦੀ ਸ਼ਾਇਦ ਹੋ ਸਕਦਾ ਨਾ ਵੇਚਦੇ। ਅੱਛਾ, ਮੈਂ ਗੱਬਣ ਲੈਣ ਦੀ ਮੇਰੇ ਕੋਲ ਸੂਈ ਗੱਲ ਸ਼ਾਮ। ਠੀਕ ਹੈ, ਹਾਂਜੀ ਠੀਕ ਹੈ। ਅਤੇ ਚਲੋ ਹੁਣ ਜਿਹੜੀ ਆ ਦੂਸਰੇ ਨੰਬਰ 'ਤੇ ਆ, ਇਹਨੂੰ ਕਿੰਨਾ ਚਿਰ ਹੋ ਗਿਆ ਸੂਈ? ਕੱਲ੍ਹ ਦੀ ਸੂਈ ਹੈ। ਅੱਛਾ, ਇਹ ਵੀ ਕੱਲ੍ਹ ਦੀ ਸੂਈ ਹੈ। ਅਤੇ ਇਹ ਕਿੰਨੇ ਕੁ ਦੁੱਧ ਵਾਲੀ ਆ ਜੀ? ਇਹ ਵੀ ਦੁੱਧ ਕੋਈ ਦਸਾਂ ਤੋਂ ਬਾਹਰ ਹੀ ਦਊਗੀ, 11-12 ਕੋਲੇ ਕੱਲ੍ਹ ਦੀ ਸੂਈ ਹੈ ਜੀ। ਅਤੇ ਆਹ ਥਣ ਦੇਖ ਸਕਦੇ ਤੇ ਆਪਾਂ ਲਾਗੇ ਤਾਂ, ਚਲੋ ਖੋਲੋ ਫਿਰ ਤੋਰਦੀ ਹੈ ਇਹਨਾਂ ਨੇ। ਇਹਦਾ ਬੱਚਾ ਆ ਜੀ, ਤਾਜ਼ੇ ਹੀ ਆ ਬੱਚੇ, ਤਿੰਨੇ ਤਾਜ਼ੇ ਬਿਲਕੁਲ ਹੀ। ਆਹ ਵੀ ਆਹ ਕੱਟੀ ਆ ਜੀ, ਇਹ ਵੀ ਬਿਲਕੁਲ ਤਾਜ਼ੀ ਕੱਟੀ ਹੈ, ਹੋਰ ਵੀ ਬਿਲਕੁਲ ਤਾਜ਼ੇ ਹੀ ਆ ਜੀ ਉਸ ਤਰ੍ਹਾਂ ਹੀ। ਬਾਕੀ ਹਵਾਨੇ ਦੀ ਧਾਕੇ ਦੀ ਗਾਹ ਨਾ ਥੋੜ੍ਹੀ ਜਿਹੀ ਜ਼ਿਆਦਾ ਹੈ, ਉਮੀਦ ਹੈ ਇਹਦੀ ਗਾਰਡ ਵੀ ਚੰਗੀ ਹੋਊਗੀ। ਗਾਵਾਂ ਦੇ ਮਗਰ ਵੀ ਜ਼ਿਆਦੀਆਂ ਵੱਛੀਆਂ ਹੀ ਆ। ਤੇ ਇਹਦਾ ਫਿਰ ਜਾਇਜ਼ਾ ਮੁੱਲ ਆਪਣੇ ਕੋਲ ਤੀਸਰੇ ਨੰਬਰ ਤੇ? ਇਹ ਵੀ ਵੀਰ ਜੀ ਝੋਟੀ ਬਹੁਤ ਦੁਧਾਰੂ ਆ। ਅੱਛਾ, ਹਾਂਜੀ ਦੇਖੋ ਦੋਵਾਂ ਸਾਈਡਾਂ ਦੇ ਬਹਾਨਿਆਂ ਦੇ ਡੱਬ ਆ। ਹਾਂਜੀ, ਪਿੱਛੇ ਵੀ ਦਾਗ ਆ ਨੀਲੀ ਦਾ। ਹਾਂਜੀ, ਝੋਟੀ ਆਉਂਦੀ ਆ। ਠੀਕ ਆ, ਹਾਂਜੀ। ਤੈਨੂੰ ਕਿੰਨਾ ਚਿਰ ਹੋਇਆ ਸੂਈ ਨੂੰ? ਇਹਨੂੰ ਵੀਰ ਜੀ ਸੂਈ ਨੂੰ ਅੱਜ ਕੋਈ 5 ਦਿਨ ਆ। ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗੇ ਦੂਰ ਚੰਗਾ ਵਾ, ਦੂਰ ਦੂਰ ਜਿਹੜਾ ਥਣ ਲੱਗਾ। ਅਤੇ ਬਾਕੀ ਥੱਲਿਓਂ ਆਪਾਂ ਦੇਖ ਸਕਦੇ ਹਾਂ ਬੜੀ ਕਮਾਲ ਦੀ ਆ, ਉਸ ਤਰ੍ਹਾਂ ਵੀ ਕੱਦ ਵਜਨ ਵੀ ਚੰਗਾ ਵਾ। ਨਾ ਦੇਖ ਸਕਦੇ ਜੀ, ਕਿੰਨਾ ਫਿਰ ਇਹਦਾ ਮੁੱਲ? ਦੁੱਧ ਵਾਲੀ ਝੋਟੀ ਆ, ਹਾਂਜੀ, ਮੁੱਲ ਕਰ ਲਓ ਭਾਵੇਂ ਝੋਟੀ ਦਾ 1,00,000 ਕਰ ਲਓ। ਹਾਂਜੀ ਹਾਂਜੀ, ਝੋਟੀ ਆਪਾਂ ਜਿਹੜੀ ਹਾਂ ਨਾ ਝੋਟੀ 85,000 ਦੀ ਦਾਂ। ਅੱਛਾ, 85,000 ਪਰ 12 ਲੀਟਰ ਵੀਰ ਜੀ ਹੁਣ ਇਸ ਟਾਈਮ ਮੌਕੇ 'ਤੇ ਆ ਜੀ, 5 ਦਿਨਾਂ ਦੀ ਸੂਈ ਆ, 6 ਦਿਨਾਂ ਦੀ ਚਵਾ ਕੇ ਦੋਗੇ ਜਿਹੜਾ ਦਾਂਗੇ ਜੀ, ਭਾਵੇਂ ਚੋਗ ਜਿੱਦਾਂ ਮਰਜ਼ੀ ਥੱਲੀ ਕਰੇ। ਠੀਕ ਹੈ ਜੀ, ਠੀਕ ਹੈ। ਅਤੇ ਗਾਵਾਂ ਹੁਣ ਕਿੱਧਰ ਸ਼ੁਰੂ, ਇੱਧਰੋਂ ਸ਼ੁਰੂ ਕਰ ਦੀ ਜੀ? ਵੇਖੋ ਸਾਰੀ ਨਸਲ ਦੀਆਂ ਗਾਈਆਂ ਜੇ, ਸਾਹੀਵਾਲ ਕ੍ਰੋਸ ਚ ਆ, ਤੇ ਥਾਣੇ ਦੇ ਆਪਾਂ ਦੇਖ ਸਕਦੇ ਆ ਕਾਫੀ ਚੰਗਾ ਥਣ ਲੱਗਾ ਇਹਦੇ ਕੋਲ।
ਇਹਦੇ ਮਗਰ ਵੱਛੀ ਜੇ? ਹਾਂਜੀ ਵੱਛੀ ਜੇ ਬਿਲਕੁਲ। ਕਿੰਨੇ ਦਿਨਾਂ ਤੇ ਸੋਈ ਆ? ਵੀ ਜੀ ਇਹ ਤਿੰਨਾਂ ਤੋਂ ਬਾਅਦ ਸੋਈ ਆ। ਤੇ ਇਹਦੇ ਕੋਲ ਪੋਲਾ ਕਿੰਨਾ ਕੁ ਜੇ? ਇਹਦੇ ਵਿੱਚ ਜੀ ਦਹਾਂ ਤੋਂ ਬਾਹਰ ਹੀ ਹੋਊਗਾ, ਤੁਸੀਂ 10-11 ਕਿਲੋ ਮੰਨ ਕੇ ਚੱਲੋ ਜੀ। ਤੇ ਇਹ ਕਿੰਨਾ ਚਵਾਈ ਜਾਊਗੀ? ਦੁੱਧ ਵੀ ਜੀ ਜਿੱਡੀ ਸਾਂਭੀ ਆ, ਜਿੱਡੀ ਕਿਸੇ ਰਾਜੀ ਪਲੀ ਆ, ਦੁੱਧ 13-14 ਕਿਲੋ ਬੜੇ ਰਮਾਣਾ ਚਵਾਈ ਜਾਣਾ। ਤੋਰੋ ਫਿਰ ਇੱਕ ਵਾਰੀ ਨਾ। ਕੱਦ ਕਾਠ ਚੰਗਾ ਚਲੋ ਇਹਦਾ। ਉਤਰਾ ਠੰਡੀ ਤੀਰੀ ਜੀ? ਠੰਡੀ ਠੰਡੀ ਵੀ ਜੀ, ਕੋਈ ਵੰਗਾ ਪਾਉਣ ਦੀ ਲੋੜ ਨਹੀਂ, ਜਿੱਦਾਂ ਮਰਜ਼ੀ ਥੱਲੇ ਪਾਓ। ਹਾਂ ਦੇਖ ਸਕਦੇ ਦੂਸਰੇ ਪਾਸੇ ਦਾ ਵੀ ਖਾਣੇ ਦੇ, ਅਤੇ ਕੱਦ ਕਾਠ ਬੇਲ ਇਹਦਾ ਚੰਗਾ ਵਾ। ਅਤੇ ਮੁੱਲ ਇਹਦਾ ਫਿਰ? ਮੁੱਲ ਵੀ ਜੀ 40,000 ਦੀ ਜੀ। 40,000  'ਚ ਛੋਟ ਛਾਟ ਕਰ ਦਈਏ, ਕਰ ਦਾਂਗੇ ਮਾਨਤਾਨ। ਅੱਛਾ ਹਾਂ ਭਾਅ ਜੀ ਆ ਬਿਲਕੁਲ ਜਿਹੜੇ ਹਿਸਾਬ ਨਾਲ ਵੈਡ ਆ, ਵੈਡ 50-60,000 ਦੀ, ਆਪਾਂ 40,000 ਤੋਂ ਮਾਨਤਾਨ ਕਰ ਦਾਂਗੇ। ਖੁੱਲ੍ਹਾ ਕਰ ਦੋਗੇ? ਮੈਂ ਕਰ ਦਾਂਗਾ। ਤੂੰ ਫੋਨ ਲਾਵੇ ਹੈ ਨਾ, ਚਲੋ ਲੈ ਜਾਓ ਫਿਰ। ਬਾਕੀ ਕੱਦ ਵਜਨ 'ਚ ਚੰਗੀ ਯਾਤਰਾ, ਅਤੇ ਦੁੱਧੋਂ ਜਿਹੜਾ ਇਹਨੇ ਵੱਧ ਜਾਣਾ। ਅਜੇ ਥੋੜ੍ਹੇ ਦਿਨ ਹੋਏ ਸੋਈ ਨਾ। ਹੁਣ ਜਿਹੜੀ ਆਹ ਵਾ, ਇਹਦੇ ਮਗਰ ਵੀ ਵੱਛੀ ਆ, ਕਾਫੀ ਖੂਬਸੂਰਤ ਆ ਵੀ, ਤਾਜ਼ੀ ਬਿਲਕੁਲ ਕੱਲ੍ਹ ਦੀ ਸੂਈ ਜੇ। ਅਤੇ ਇਹਦੇ ਵੀ ਥਾਣ ਆਪਾਂ ਦੇਖ ਸਕਦੇ, ਚੰਗਾ ਦੂਰ ਦੂਰ ਥਾਣ ਆ। ਬਾਕੀ ਆਪਾਂ ਸਮਾ ਕੇ ਥਾਣ ਪੂਰਾ ਵਧੀਆ ਤਿਆਰ ਕਰ ਦਿੰਦੇ। ਬਿਲਕੁਲ ਠੀਕ ਹੈ ਜੀ। ਖੱਬੇ ਬੰਨੇ ਬਹਿ ਕੇ ਧਾਰਾਂ ਮਾਰ ਦਿਓ ਕਰਮ ਵਾਲੀ। ਠੀਕ ਹੈ ਜੀ। ਹਵਾਨੇ ਤੇ ਨਾੜਾਂ ਵੀ ਚੰਗੀਆਂ, ਅਤੇ ਮਿਲਕਵੇਂ ਨੂੰ ਵੀ ਚੰਗੀ ਗੱਡੀ ਪਾਇਆ ਵੀ ਲੱਗੀ ਜੇਗੇ। ਅਤੇ ਇਹ ਵੀ ਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ? ਦੁੱਧ ਵੀ ਜੀ ਜਿੱਡਾ ਕੱਦ ਵਜੂਗਾ ਵੈੜ ਦਾ, 20-22 ਕਿਲੋ ਦਾ ਇਹਨੂੰ ਵੈੜ ਨੂੰ ਦੁੱਧ ਪੀ ਜਾਂਦਾ। ਅੱਛਾ ਹਾਂ, ਸੇਵਾ ਨਾ ਭਾਵੇਂ ਜਿੱਡੀ ਕੱਦ ਵੇਦੀ ਭਾਵੇਂ 25 ਕਿਲੋ ਚੋਲੇ ਧੋਰ ਦਿਓ ਫਿਰ ਇਹਨੂੰ। ਬਾਕੀ ਇਹ ਤਾਜ਼ੀ ਸੂਈ ਉਹਦੇ ਕਰਕੇ ਥੋੜ੍ਹੀ ਕੁ ਆਪਾਂ ਨੂੰ ਕਾਰੀ ਜਿਹੀ ਲੱਗਣ ਦੀ, ਥੋੜ੍ਹੀ ਕੁ ਲੱਪੇ ਜਿਹਾ। ਤੇ ਇਹਦਾ ਫਿਰ ਮੁੱਲ? ਇਹਦਾ ਵੀ ਮੁੱਲ ਵੀ ਜਾਇਜ਼ ਹੀ ਆ। ਕਿੰਨਾ ਕੁ? ਉੱਦਾਂ ਤਾਂ ਵੈੜ 60-65-70 ਮੰਗਣ ਵਾਲੀ ਆ। ਹਾਂਜੀ ਆਪਾਂ ਦੇ ਦਾਂ 45,000 ਦੀ। 45,000 ਦੀ? 45,000 ਦੀ। ਬਾਕੀ 20-22 ਕਿਲੋ ਭਾਵੇਂ 25 ਕਿਲੋ ਚੋਲੇ, ਜਿੱਦਾਂ ਗਾਹ ਬਾਹਰ ਚੰਗੀ ਆਉਣ ਡਈ ਆ। ਹਾਂਜੀ ਹਾਂਜੀ ਆਉਣ ਡਈ ਆ। ਠੀਕ ਆ। ਅਤੇ ਬਾਕੀ ਮੱਛੀ ਇਹਦੇ ਮਗਰ ਵੀ ਚੰਗੀ ਆ? ਚੰਗੀ ਮੱਛੀ ਆ। ਇਹਦੀ ਹਵਾਨੇ ਦੀ ਤੱਕ ਗਾਹ ਨੂੰ ਜ਼ਿਆਦੀ ਆ। ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ, ਇਹਦੇ ਮਗਰ ਬੱਚਾ ਕੀ ਜੀ? ਇਹਦੇ ਮਗਰ ਵੀ ਵੱਛੀ ਆ। ਇਹਦੇ ਮਗਰ ਵੀ ਵੱਛੀ ਆ, ਕਾਫੀ ਖੂਬਸੂਰਤ ਵੱਛੀ ਆ ਜਿਹੜੀ, ਇਹਦੇ ਮਗਰ ਵੀ ਸਾਰੀਆਂ ਮਗਰ ਵੱਛੀਆਂ ਹੀ ਆ ਅੱਜ ਕੇ। ਤੇ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਹਫ਼ਤਾ ਹੋ ਗਿਆ ਸੀ। ਇਹ ਵੀ ਕਾਫੀ ਸੋਹਣੇ ਰੰਗ ਰੂਪ ਦੀ ਆ ਹਨਾ। ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ? ਇਸ ਟਾਈਮ ਦੁੱਧ 12 ਕਿਲੋ ਤਿਆਰ ਹੋਊਗਾ। ਤਿਆਰ ਜਿਹੜਾ 12 ਕਿਲੋ ਤਿਆਰ ਹੋ ਜਾਊਗਾ। ਇੱਕੇ ਘਰਵਾਈਆਂ ਥੋੜੀ ਸਾਂਭ, ਕਿਸੇ ਨੇ ਘੱਟ ਦਿੱਤੀ ਆ, ਸਾਂਭੀਆਂ ਘੱਟ ਆ ਹਨਾ, ਸੋਹਣੇ ਸੀ ਪਰ ਲਕਾ ਛੱਡੇ ਉਹਨੇ, ਕਦਰ ਨਹੀਂ ਪਾਈ। ਠੀਕ ਆ। ਹਾਂਜੀ ਹਾਂਜੀ ਸਾਂਭੀਆਂ ਨੇ ਗੀਆਂ, ਸਾਂਭਣੇ ਪੈਣੀਆਂ। ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ? ਇਹ ਵੀ ਜੀ ਦੁੱਧ 14-15 ਇਹਨੂੰ ਕਹਿੰਦਾ ਵੀ ਜ਼ਿਆਦਾ ਨਸਲ ਹੈ, 14-15 ਕਿਲੋ ਦੁੱਧ ਦੇ ਦੂਰ ਦੇ ਰਮਾਨ ਨਾਲ ਤੋਰ ਦੋ ਇਹਨਾਂ ਵੀ। ਬਾਕੀ ਇਹ ਵੀ ਇਹੀ ਰਾਜੀ ਹੁੰਦੀਆਂ, ਅਤੇ ਇਹਨਾਂ ਦੁੱਧ ਵੀ ਵੱਧ ਦੇਣਾ ਸੀ, ਅਤੇ ਰੇਟ ਵੀ ਵੱਧ ਹੋ ਜਾਣੇ ਸੀ। ਲੈ ਜਾਓ। ਬਾਕੀ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ।
ਤੇ ਥਣ ਥੁਣ ਵੀ ਦੀ ਓਕੇ ਤੇ ਬਿਲਕੁਲ ਬਿਲਕੁਲ ਵਧੀਆ ਇੱਕ ਥੋੜੀ ਜਿਹੀ ਬਾਈ ਵੱਡੀ ਲੱਗਦੀ ਨਾ ਆਪਾਂ ਹਾਂਜੀ ਬਾਈ ਥੋੜੀ ਭਾਰੀ ਲੱਗਦੀ ਆ ਪਰ ਖਾਣਾ ਹੈ ਚੋਚਵਾ ਠੀਕ ਹੈ ਵਧੀਆ ਚੋ ਗਿਆ ਹੋ ਜੇ ਫਿਰ ਬਰਾਬਰ ਹੋ ਜਾਂਦਾ ਬੰਦਾ ਅੱਛਾ ਤੇ ਇਹਦਾ ਮੁੱਲ ਫਿਰ ਮੁੱਲ ਵੀ ਦੀ 35 ਦੇ ਦਈਏ 35 ਚ ਕਰ ਦਈਏ ਕਮਾਂਟਾ ਨਾ ਕਰਦਾ ਮੰਨ ਕੇ 30 ਦੀ ਦੇ ਦਾਂਗੇ ਅੱਛਾ 30 ਦੀ ਦੇ ਦੋਗੇ ਠੀਕ ਹੈ ਬਾਕੀ ਉਤਰਾ ਇਹ ਵੀ ਕਿਸੇ ਨੂੰ ਕੋਈ ਵੀ ਪਸੰਦ ਆ ਇੱਕ ਵਾਰੀ ਕੋ ਫੋਨ ਲਾਵੇ ਹਾਂਜੀ ਜਿੱਡਾ ਇੱਕ ਵੈੜ ਦਾ ਵੱਡੀ ਦਾ ਇਦਾਂ ਦੇ ਚਲੋ ਰਾਜੀ ਹੁੰਦੀ ਜਿੱਡਾ ਕੱਲੀ ਦਾ ਮੁੱਲ ਹੈ ਉਹਨੇ ਦੀ ਆਪਾਂ ਦੋਵੇਂ ਦੇ ਦਾਂਗੇ ਅੱਛਾ ਹਾਂਜੀ ਕਿੰਨੇ ਦੀਆਂ ਉਹਦਾ ਮੁੱਲ ਬਣਦਾ 45 ਤੇ 35 ਆਖਿਆ ਚਲੋ 30 ਲਾ ਲਓ 45 ਤੇ 35 75,000 ਰੁਪਇਆ ਬਣਦਾ ਆਪਾਂ 70,000 ਜੋੜੀ ਕਿੰਨੇ ਦੇ ਦੇਣੀ ਫਿਰ ਜੋੜੀ ਵੀਰ ਜੀ ਮੁੱਲ ਤੇ ਬਣਦਾ ਉਦਾਂ 35 ਤੇ 45 80 ਬਣਦਾ ਹਾਂਜੀ ਹਾਂਜੀ ਤੇ ਜੋੜੀ ਆਪਾਂ ਦੇ ਦਾਂਗੇ 70 ਵੀ ਅੰਦਰ ਹੀ ਦੇ ਦਾਂਗੇ ਅੱਛਾ ਅੰਦਰ ਹੀ ਦੇ ਦਾਂਗੇ 35 ਦੇ ਹਿਸਾਬ ਨਾਲ ਜਿਹੜਾ ਵਾ 70 ਵੀ ਅੰਦਰ ਦੇ ਦਾਂਗੇ 3,000 ਰੁਪਇਆ ਛੋੜ ਦੇ ਜੇ ਕੱਲੀ ਵੀਰ ਮੇਰਾ ਕੋਈ ਮੰਗੇ ਫਿਰ ਨਹੀਂ ਉਹ ਮੁੱਲ ਨਾ ਹੋਣੀ ਅੱਛਾ ਫਿਰ ਜੋ ਮੁੱਲ ਪਾਇਆ ਉਹ ਹੀ ਆ ਅੱਛਾ ਉਹ ਚੋਂ ਮਾਨਦਾਨ ਕਰਾਂਗੇ ਜੋ ਕੱਲੀ ਕੱਲੀ ਦਾ ਮੁੱਲ ਪਾਇਆ ਅੱਛਾ ਤੇ ਜੇ ਕੋਈ ਜੋੜੀ ਮੰਗੇ ਫਿਰ 70 ਵੀ 3,000 ਮਾਨ ਕਰਦਾ ਅੱਛਾ 67,000 ਦੀ ਜੋੜੀ ਦੇ ਦਾਂਗੇ ਠੀਕ ਆ ਹਾਂਜੀ ਮਤਲਬ ਇਹ 33.5 ਦੇ ਹਿਸਾਬ ਨਾਲ ਗਾਂ ਪੈ ਜਾਣੀ ਹਾਂਜੀ 33.5 ਦੇ ਹਿਸਾਬ ਨਾਲ ਗਾਂ ਜਿਹੜੀ ਇੱਕ ਪੈ ਜੂਗੀ ਤੇ ਤਾਜ਼ੀਆਂ ਸੱਜਰਾਂ ਸੂਈਆਂ ਵਾ ਇਹ ਵੀ ਨਹੀਂ ਕਿ ਜਾਂ ਉੱਚੇ ਬੱਚੇ ਬਿਲਕੁਲ ਤਾਜ਼ੇ ਨਾੜੂ ਤੇ ਬੱਚੇ ਆ ਇਹਦੇ ਪੈਰ ਕੱਲ ਸੂਈ ਆ ਇਹ ਆ ਵੀ ਬਸ ਇਹ ਆ ਕਿ ਸੰਭੀਆਂ ਘੱਟ ਆ ਪਿੱਛੋਂ ਕਿਸੇ ਨੇ ਉਹਨਾਂ ਕਰਕੇ ਜਿਹੜਾ ਰੇਟ ਦਾ ਵੀ ਇਹਨਾਂ ਦਾ ਫਰਕ ਪੈ ਗਿਆ ਦੁੱਧ ਵਾਲੀਆਂ ਆ ਚਾਰੂ ਬਿਲਕੁਲ ਬੜੀਆਂ ਜਿਹੜੀਆਂ ਹਾਂਜੀ ਹਾਂਜੀ ਠੀਕ ਆ ਤੇ ਹੁਣ ਇੱਕ ਗਾਂ ਐਂਡ ਤੇ ਹੋ ਰਹਿ ਗਈ ਆ ਇਹ ਜਲਸੀ ਬੈਠ ਜੇ ਪਹਿਲਾਂ ਠੀਕ ਆ ਇਹ ਥੋੜੀ ਜਿਹੀ ਉੱਚੇ ਬੱਚੇ ਦੀ ਆ ਹਾਂਜੀ ਇਹ ਬੱਚਾ ਥੋੜਾ ਉੱਚਾ ਆ ਇਹਦੇ ਕੋਲ ਦੁੱਧ ਕਿੰਨਾ ਜੇ ਇਹ ਤੋਂ ਵੀ 9 ਕਿਲੋ ਦੁੱਧ ਜੇ ਤੋਰ ਦੋ ਫਿਰ ਇਹਨਾਂ ਵੀ ਹੈਗੀ ਇਹਦੇ ਮਗਰ ਵੀ ਵੱਛੀ ਆ ਆ ਵਾਲੀ ਵੱਛੀ ਜੀ ਇਹਦੀ ਲੈ ਜਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜਾਇਜ਼ ਆ ਪੜੀ ਪੜਾਈ ਵੱਛੀ ਮਗਰ ਹਾਂਜੀ 30,000 ਦੀ ਦੇ ਦੀ ਵਛੀ 30,000 ਦੀ ਹਾਂ 30,000 ਦੀ ਕਿ ਵਿੱਚੋਂ ਕਰ ਦੀ ਕਮਾਂਦਾਂ ਕਰ ਦਾਂਗੇ ਮਾਨਤਾਂ ਕਵੀਰ ਭਰਾ ਫੋਨ ਲਾਵੇ ਨਾ ਅੱਛਾ ਖੁੱਲਾ ਕਰ ਦੋਗੇ ਕਰ ਦਾਂਗੇ ਮਾਨਤਾਂ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਬਸ ਵੀਰ ਜੀ ਇੱਕ ਟਰੈਕਟਰ ਆ ਇੱਕ ਟਰੈਕਟਰ ਵੀ ਵਿਖਾ ਦਈਏ ਫਿਰ ਆਪਾਂ ਆਹ ਵਾਲਾ ਜਿਹੜਾ ਟਰੈਕਟਰ ਆ ਹਾਂਜੀ 605 ਟਰੈਕਟਰ ਜੇ ਅਰਜਨ ਆਹ ਦੇਖ ਸਕਦੇ 605 ਅਗਲਾ ਵਨ ਹਾਂਜੀ ਇਹ ਕਿੰਨਾ ਮਾਡਲ ਜੇ ਵੀਰ ਜੀ ਵੀਰ ਜੀ 9 ਮਾਡਲ ਹੈ 9 ਮਾਡਲ ਆ ਹਾਂਜੀ ਤੇ ਆਪ ਵੀ ਚਲਾਇਆ ਸਾਰਾ ਹਾਂਜੀ ਹਾਂਜੀ ਚਲਾਇਆ ਨਹੀਂ ਥੋੜਾ ਜਿਹਾ ਚੱਲਦਾ ਰਿਹਾ ਸੀ 2 ਸਾਲ ਚਲਾਇਆ ਵਾ ਅੱਛਾ ਹਾਂਜੀ ਬਾਕੀ ਐ ਟਰੈਕਟਰ 'ਚ ਕੋਈ ਕਿਸੇ ਰੰਗ ਦੀ ਕਮੀ ਪੈਣੀ ਨਹੀਂ ਆ ਠੀਕ ਆ ਸਾਰਾ ਕੰਮ ਕੋਈ ਨਹੀਂ ਹੋਣ ਵਾਲਾ ਟਰੈਕਟਰ ਦਾ ਹੁਣ ਟਰੈਕਟਰ 2 ਹੋ ਗਏ ਕੋਲ ਹਾਂਜੀ ਹਾਂਜੀ ਤੇ ਤੁਹਾਡਾ ਰਾਦਾ ਇੱਕ ਵੇਚ ਦੀ ਹੈ ਹਾਂਜੀ ਹਾਂਜੀ ਇੱਕ ਵੇਚ ਦੀ ਇੱਕ ਮਹਿੰਦਰਾ ਵਾ ਵੀਰ ਜੀ ਉਹਨਾਂ ਕੋਲ ਇੱਕ ਹੋਰ ਉੱਧਰ ਲੱਗਾ ਵਾ ਤੇ ਇੱਕ ਆ ਵਾਲਾ ਟਰੈਕਟਰ ਆ ਬਾਕੀ ਕੋਈ ਵੀਰ ਕੋ ਫੋਨ ਲਾ ਕੇ ਪੁੱਛ ਲੈਣਾ ਇਹਦਾ ਜੋ ਵੀ ਆ ਬਹੁਤ ਸਾਫ਼ ਟਰੈਕਟਰ ਬਹੁਤ ਆ ਸਾਫ਼ ਆ ਜਿਹੜਾ ਚਲੋ ਵੇਖਣ ਨੂੰ ਤੇ ਸਾਫ਼ ਹੀ ਆ ਬਾਕੀ ਇਹਦਾ ਬਾਰੇ ਜਿਹੜੇ ਵੀਰਾਂ ਨੂੰ ਜਾਣਕਾਰੀ ਆ ਉਹਨਾਂ ਨੇ ਆਪੇ ਵੇਖ ਲੈਣਾ ਵਾ ਬਾਕੀ ਆਹ ਸਾਰੇ ਪਸ਼ੂ ਆ ਸਾਰੀਆਂ ਹੀ ਸੂਈਆਂ ਵਾ ਗੱਬਣ ਕੋਈ ਵੀ ਨਹੀਂ ਆ ਆਪਣੀ ਸਮਝਣਾ ਵੇਖ ਕੇ ਪਾਸ ਕਰਕੇ ਖੜੋ ਜਿਸ ਤਰ੍ਹਾਂ ਕਿ ਸਾਡੀ ਹਰ ਕਿਸੇ ਵੀਡੀਓ 'ਚ ਬੇਨਤੀ ਇਹੀ ਹੁੰਦੀ ਆ ਭਾਵੇਂ ਕੋਈ ਜਿੰਨੀਆਂ ਮਰਜ਼ੀ ਗਰੰਟੀਆਂ ਦੇਈ ਜਾਵੇ ਜੋ ਮਰਜ਼ੀ ਆ ਪਰ ਤੁਸੀਂ ਆਪਣੀ ਸਮਝਣਾ ਆਪਣੀ ਤਸੱਲੀ ਨਾਲ ਵੇਖ ਕੇ ਖੜਨਾ ਭਾਵੇਂ ਕਿਸੇ ਵੀ ਵੀਡੀਓ ਤੋਂ ਕਿਤੇ ਵੀ ਪਸ਼ੂ ਲੈਣਾ ਵਾ ਜ਼ਰੂਰੀ ਨਹੀਂ ਕਿ ਇੱਥੋਂ ਜਿੱਥੋਂ ਵੀ ਲੈਣਾ ਵਾ ਆਪਣੀ ਸਮਝਣਾ ਵੇਖ ਚੱਕ ਕੇ ਪਸ਼ੂ ਲੈਣਾ ਵਾ